ਚੌਂਕਾਂ ਦੇ ਵਿੱਚ ਖੜ ਕੇ ਜਿਹੜੇ ਮੰਗਦੇ ਨੇ ਲੋਕ ਨਾ, ਕੀ ਉਹ ਤੁਹਾਨੂੰ ਲੱਗਦਾ ਕਿ ਉਹ ਠੀਕ ਹੈ ਉਹ ਜਿਹੜਾ ਮੰਗਦੇ ਲੋਕ ਖੜ ਕੇ ਉੱਥੇ? ਖੁਸ਼ੀ ਦੇ ਮੌਕੇ 'ਤੇ ਅਸੀਂ ਆਪਣਾ ਮੰਗਦੇ ਹਾਂ, ਇਹਦੇ ਵਿੱਚ ਕੋਈ ਸਾਡਾ ਮਤਲਬ ਨਹੀਂ। ਅਸੀਂ ਚੌਂਕ ਦੇ ਵਿੱਚ ਮੰਗੀਏ ਜਾਂ ਆਪਣਾ ਬੱਸ ਅੱਡੇ 'ਚ ਮੰਗੀਏ ਜਾਂ ਆਪਾਂ ਸਟੇਸ਼ਨ 'ਤੇ ਮੰਗੀਏ, ਇਹੋ ਜਿਹੇ ਲੋਕਾਂ ਨੂੰ ਜਿਹੜਾ ਨੱਥ ਪਾਉਣ ਦਾ ਪ੍ਰਸ਼ਾਸਨ ਦਾ ਕੰਮ ਹੈ। ਜਿਹੜੀ ਸਾਡੇ ਗੁਰੂ ਚੇਲੇ ਦੀ ਪਰੰਪਰਾ ਹੁੰਦੀ ਹੈ ਉਹ ਬਿਲਕੁਲ ਇੱਦਾਂ ਨਹੀਂ ਕਹਿੰਦੀ ਵੀ ਜਾ ਕੇ ਚੌਂਕ ਦੇ ਵਿੱਚ ਮੰਗੋ ਜਾਂ ਜਾ ਕੇ ਬੱਸਾਂ 'ਚ ਮੰਗੋ। ਨਹੀਂ, ਉਹ ਸਵੇਰੇ ਗੁਰੂਆਂ ਦੇ ਘਰੋਂ ਚੇਲੇ ਜਾਂਦੇ ਆ, ਉਹ ਵਧਾਈਆਂ 'ਤੇ ਜਾਂਦੇ, ਜਿੱਥੇ ਕਾਕਾ ਹੁੰਦਾ ਸਗਨ ਉੱਥੇ ਜਾ ਕੇ ਕਰਦੇ ਆ, ਰੈੱਡ ਲਾਈਟ 'ਤੇ ਨਹੀਂ ਉਹ ਜਾਂਦੇ। ਕੁਛ ਇੱਦਾਂ ਦੇ ਲੋਕ ਹੈਗੇ ਨੇ ਮੰਤਾਂ ਵਿੱਚ ਵੀ ਜਿਹੜੇ ਉਹ ਲੋਕਾਂ ਦੇ ਕੋਲੋਂ ਆਪਣਾ ਲਾਲਚ ਰੱਖਦੇ ਨੇ, ਉਹ ਲੋਕਾਂ ਦੇ ਕੋਲੋਂ ਆਪਣਾ ਬੱਸਾਂ ਮੰਗਵਾ ਕੇ ਆਪਣੇ ਘਰ ਦਾ ਖਰਚਾ ਚਲਵਾਉਂਦੇ ਨੇ ਔਰ ਆਪਣਾ ਜੋ ਵੀ ਖਾਣਾ ਪੀਣਾ ਉਹਨਾਂ ਦੇ ਕੋਲੋਂ ਕਰਵਾਉਂਦੇ ਨੇ। ਉਹੋ ਜਿਹੇ ਲੋਕਾਂ ਨੂੰ ਵੀ ਜਿਹੜਾ ਪ੍ਰਸ਼ਾਸਨ ਦੇ ਅੱਗੇ ਮੈਂ ਮੰਗ ਕਰਦੀ ਹਾਂ ਵੀ ਉਹੋ ਜਿਹੇ ਲੋਕਾਂ ਨੂੰ ਵੀ ਨਕੇਲ ਪਾਈ ਜਾਵੇ। ਮੈਂ ਚਾਹੁੰਦਾ ਚੌਂਕਾਂ ਦੇ ਵਿੱਚ ਖੜ ਕੇ ਜਿਹੜੇ ਮੰਗਦੇ ਨੇ ਲੋਕ ਨਾ, ਕੀ ਉਹ ਤੁਹਾਨੂੰ ਲੱਗਦਾ ਕਿ ਉਹ ਠੀਕ ਹੈ ਉਹ ਜਿਹੜਾ ਮੰਗਦੇ ਲੋਕ ਖੜ ਕੇ ਉੱਥੇ? ਜਿਹੜੇ ਆਪਣਾ ਚੌਂਕਾਂ ਦੇ ਵਿੱਚ ਮੰਗਦੇ ਨੇ ਜਾਂ ਸਟੇਸ਼ਨ 'ਤੇ ਮੰਗਦੇ ਨੇ ਜਾਂ ਬੱਸ ਅੱਡੇ 'ਚ ਮੰਗਦੇ ਆ, ਸਾਡੀ ਜਿਹੜੀ ਹੈ ਅਸੀਂ ਗੱਦੀ ਨਸ਼ੀਨ ਮੰਤ ਹੁੰਦੇ ਹਾਂ ਔਰ ਆਪਣਾ ਜਿਹੜੇ ਗੱਦੀ ਵਾਈਜ ਗੱਦੀ ਸਾਡੀ ਤੁਰੀ ਆਉਂਦੀ ਹੈ। ਮੰਤ ਸਮਾਜ ਜਿਹੜਾ ਆ ਇਹ ਖੁਸ਼ੀਆਂ ਦਾ ਸਾਂਝਾ ਆ, ਕਿਸੇ ਦੇ ਘਰ ਖੁਸ਼ੀ ਹੁੰਦੀ ਹੈ, ਖੁਸ਼ੀ ਦੇ ਮੌਕੇ 'ਤੇ ਅਸੀਂ ਆਪਣਾ ਮੰਗਦੇ ਹਾਂ, ਇਹਦੇ ਵਿੱਚ ਕੋਈ ਸਾਡਾ ਮਤਲਬ ਨਹੀਂ। ਅਸੀਂ ਚੌਂਕ ਦੇ ਵਿੱਚ ਮੰਗੀਏ ਜਾਂ ਆਪਣਾ ਬੱਸ ਅੱਡੇ 'ਚ ਮੰਗੀਏ ਜਾਂ ਆਪਾਂ ਸਟੇਸ਼ਨ 'ਤੇ ਮੰਗੀਏ, ਇਹੋ ਜਿਹੇ ਲੋਕਾਂ ਨੂੰ ਜਿਹੜਾ ਨੱਥ ਪਾਉਣ ਦਾ ਪ੍ਰਸ਼ਾਸਨ ਦਾ ਕੰਮ ਹੈ, ਨਾ ਕਿ ਮੰਤਾਂ ਦਾ। ਮੰਤ ਜਿਹੜੇ ਹੁੰਦੇ ਨੇ ਉਹ ਆਪਣੇ ਡੇਰਿਆਂ 'ਚ ਰਹਿੰਦੇ, ਆਪਣਾ ਮੰਗਣ ਖਾਣ ਦਾ ਕੰਮ ਕਰਦੇ। ਹਾਂ, ਕੁਛ ਇੱਦਾਂ ਦੇ ਲੋਕ ਹੈਗੇ ਨੇ ਮੰਤਾਂ ਵਿੱਚ ਵੀ ਜਿਹੜੇ ਉਹ ਲੋਕਾਂ ਦੇ ਕੋਲੋਂ ਆਪਣਾ ਲਾਲਚ ਰੱਖਦੇ ਨੇ, ਉਹ ਲੋਕਾਂ ਦੇ ਕੋਲੋਂ ਆਪਣਾ ਬੱਸਾਂ ਮੰਗਵਾ ਕੇ ਆਪਣੇ ਘਰ ਦਾ ਖਰਚਾ ਚਲਵਾਉਂਦੇ ਨੇ ਔਰ ਆਪਣਾ ਜੋ ਵੀ ਖਾਣਾ ਪੀਣਾ ਉਹਨਾਂ ਦੇ ਕੋਲੋਂ ਕਰਵਾਉਂਦੇ ਨੇ। ਉਹੋ ਜਿਹੇ ਲੋਕਾਂ ਨੂੰ ਵੀ ਜਿਹੜਾ ਪ੍ਰਸ਼ਾਸਨ ਦੇ ਅੱਗੇ ਮੈਂ ਮੰਗ ਕਰਦੀ ਹਾਂ ਵੀ ਉਹੋ ਜਿਹੇ ਲੋਕਾਂ ਨੂੰ ਵੀ ਨਕੇਲ ਪਾਈ ਜਾਵੇ ਜਿਹੜੇ ਇੱਦਾਂ ਦਾ ਕੰਮ ਕਰਵਾਉਂਦੇ ਆ, ਕਿਸੇ ਦੇ ਬੱਚਿਆਂ ਨੂੰ ਆਪਣਾ ਰੈੱਡ ਲਾਈਟ 'ਤੇ ਖੜਾ ਕੇ 10-10, 20-20, 50-50 ਰੁਪਈਏ ਮੰਗਵਾਉਂਦੇ ਆ, ਉਹਦੇ ਵਿੱਚੋਂ ਆਪਣਾ ਵੀ ਘਰ ਦਾ ਖਰਚਾ ਚਲਾਉਂਦੇ ਨੇ। ਉਹੋ ਜਿਹੇ ਬੰਦਿਆਂ ਨੂੰ ਵੀ ਆਪਣਾ ਜਿਹੜਾ ਪ੍ਰਸ਼ਾਸਨ ਨਕੇਲ ਪਾਵੇ। ਜਾਣੀ ਕਿ ਉਹ ਤੁਹਾਡੀ ਕਮਿਊਨਿਟੀ ਦੇ ਵਿੱਚੋਂ ਨਹੀਂ ਹੁੰਦੇ ਕਿ ਮਤਲਬ ਤੁਹਾਡੇ ਹਿਸਾਬ ਨਾਲ ਭੇਸ ਬਦਲ ਕੇ ਖੜਦੇ ਹੁੰਦੇ ਮਤਲਬ ਉਹ ਲੋਕ? ਜਿਹੜਾ ਸਾਡਾ ਹੁੰਦੀ ਪਰੰਪਰਾ ਗੁਰੂ ਚੇਲੇ ਦੀ, ਗੁਰੂ ਚੇਲੇ ਦੀ ਪਰੰਪਰਾ ਹੁੰਦੀ ਜਦੋਂ ਤੱਕਰ ਗੁਰੂ ਜਿੰਦਾ ਹੁੰਦੇ ਉਹ ਮਾਲਕ ਹੁੰਦੇ, ਜਦੋਂ ਗੁਰੂ ਮਰ ਜਾਂਦੇ ਆ ਤਾਂ ਚੇਲੇ ਮਾਲਕ ਹੁੰਦੇ ਨੇ। ਸਾਡੇ ਵਿੱਚ ਜਿਹੜੀ ਇਹ ਕੋਈ ਇੱਦਾਂ ਦੀ ਨਹੀਂ, ਉਹ ਸਾਡੀ ਸ਼ਰ੍ਹਾਂ ਤੋਂ ਵੀ ਬਾਹਰ ਹੁੰਦੇ ਨੇ, ਉਹ ਸਾਡੇ ਜਿਹੜੇ ਗੁਰੂ ਚੇਲੇ ਦੀ ਪਰੰਪਰਾ ਤੋਂ ਵੀ ਬਾਹਰ ਹੁੰਦੇ ਆ। ਜਿਹੜੀ ਸਾਡੇ ਗੁਰੂ ਚੇਲੇ ਦੀ ਪਰੰਪਰਾ ਹੁੰਦੀ ਹੈ ਉਹ ਬਿਲਕੁਲ ਇੱਦਾਂ ਨਹੀਂ ਕਹਿੰਦੀ ਵੀ ਜਾ ਕੇ ਚੌਂਕ ਦੇ ਵਿੱਚ ਮੰਗੋ ਜਾਂ ਜਾ ਕੇ ਬੱਸਾਂ 'ਚ ਮੰਗੋ। ਨਹੀਂ, ਉਹ ਸਵੇਰੇ ਗੁਰੂਆਂ ਦੇ ਘਰੋਂ ਚੇਲੇ ਜਾਂਦੇ ਆ, ਉਹ ਵਧਾਈਆਂ 'ਤੇ ਜਾਂਦੇ, ਜਿੱਥੇ ਕਾਕਾ ਹੁੰਦਾ ਸਗਨ ਉੱਥੇ ਜਾ ਕੇ ਕਰਦੇ ਆ, ਰੈੱਡ ਲਾਈਟ 'ਤੇ ਨਹੀਂ ਉਹ ਜਾਂਦੇ। ਅਤੇ ਆਪਣਾ ਇਹ ਬਿਲਕੁਲ ਗਲਤ ਵਾ, ਅਤੇ ਜਿਹੜੇ ਇੱਦਾਂ ਕਰਵਾਉਂਦੇ ਆ ਲੋਕ ਉਹਨਾਂ ਨੂੰ ਨੱਥ ਪਾਈ ਜਾਵੇ, ਪ੍ਰਸ਼ਾਸਨ ਪਾਵੇ ਨੱਥ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।